ਹਾਂਜੀ ਕਿਸਾਨ ਵੀਰੋ, ਸਾਰਿਆਂ ਨੂੰ ਸਤਿ ਸ਼੍ਰੀ ਅਕਾਲ। ਸਵਾਗਤ ਕਰਦੇ ਹਾਂ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ। ਅੱਜ ਪਹੁੰਚਿਆ ਦੋਸਤੋ ਪਿੰਡ ਨਸ਼ਹਿਰਾ ਪੰਨੂਆ, ਤਹਿਸੀਲ ਜ਼ਿਲ੍ਹਾ ਇਸ ਪਿੰਡ ਨੂੰ ਸ਼੍ਰੀ ਤਰਨ ਤਾਰਨ ਸਾਹਿਬ ਲੱਗਦਾ। ਭਾਅ ਜੀ ਸ਼ਵਿੰਦਰ ਸਿੰਘ ਹੁਣਾਂ ਦੇ ਕੋਲ ਆਏ ਹਾਂ ਦੋਸਤੋ, ਟਿੱਕਰੇ ਲੂਹ ਘਰ ਦੇ ਵਿੱਚੋਂ ਅੱਜ ਆਪਾਂ ਇਹ ਇੱਕ ਵੀਡੀਓ ਬਣਾ ਰਹੇ ਹਾਂ। ਅੱਜ ਤੋਂ ਤਕਰੀਬਨ ਦੋਸਤੋ ਕੋਈ 8 ਮਹੀਨੇ ਸਾਲ ਕੁ ਪਹਿਲਾਂ ਇੱਕ ਆਪਾਂ ਵੀਡੀਓ ਇਸ ਘਰੋਂ ਬਣਾਈ ਸੀਗੀ। ਅਤੇ ਭਾਅ ਜੀ ਸੁਖਵਿੰਦਰ ਸਿੰਘ ਹੁਣਾਂ ਦਾ ਜਿਹੜਾ ਕਿੱਤਾ ਕੰਮ ਕਾਰ ਆ ਦੋਸਤੋ, ਪਸ਼ੂ ਵਪਾਰ ਦਾ ਨੀਗਾ, ਘਰੇਲੂ ਪਸ਼ੂ ਆ, ਠੀਕ ਹੈ ਜੀ। ਅਤੇ ਘਰੇਲੂ ਘਰ ਦੇ ਵਿੱਚੋਂ ਜਦੋਂ ਪਸ਼ੂ ਨਿਕਲਦੇ ਆ ਤਾਂ ਬਹੁਤ ਵੀਰ ਖਰੀਦਣ ਦੇ ਚਾਹਵਾਨ ਇਛੁੱਕ ਹੁੰਦੇ ਆ। ਅਤੇ ਨਾਲ ਦੀ ਨਾਲ ਜਿਹੜੀ ਦੋਸਤੋ ਤੁਹਾਨੂੰ ਡਿਟੇਲ ਆ, ਪੂਰੀ ਇਨਫੋਰਮੇਸ਼ਨ ਆ, ਉਹ ਮਿਲ ਜਾਂਦੀ ਆ ਮਾਲਕ ਦੇ ਦੁਆਰਾ, ਓਨਰ ਦੇ ਦੁਆਰਾ। ਸੋ ਪਿਛਲੇ ਸੂਬੇ ਕੀ ਮਿਲਕ ਰਿਹਾ, ਸੋ ਕਿੱਦਾਂ ਦੀ ਚਵਾਈ ਰਹੀ ਆ ਪਸ਼ੂ ਦੀ, ਉਹ ਡਿਟੇਲ ਆ ਬਿਲਕੁਲ ਜਿਹੜੀ ਆ ਤੁਹਾਨੂੰ ਆਹਮੋ ਸਾਹਮਣੇ ਜਿਹੜੇ ਮਾਲਕ ਓਨਰ ਉਹ ਦੇ ਦਿੰਦੇ ਆ। ਇੱਕ ਝੋਟੀ ਪਹਿਲਾਂ ਸੂਣੀ ਜਿਹੜੀ ਦੋਸਤੋ ਤੁਹਾਨੂੰ ਦਿਖਾਵਾਂਗੇ, ਅਤੇ ਇੱਕ ਸੈਕਿੰਡ ਟਾਈਮਰ ਆ, ਦੂਜਾ ਸੂਬਾ ਸੂਣੀ ਆ। ਦੋਵੇਂ ਝੋਟੀਆਂ ਗੱਬਣ ਆ, ਇੱਕ ਪਹਿਲਣ ਅਤੇ ਇੱਕ ਦੂਜੇ ਸੂਬੇ। ਸੋ ਪੂਰੀ ਡਿਟੇਲ ਆਪਾਂ ਸਰਦਾਰ ਸੁਖਵਿੰਦਰ ਸਿੰਘ ਹੁਣਾਂ ਤੋਂ ਲੈ ਕੇ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰ ਦਿਆਂਗੇ। ਅਤੇ ਨਸ਼ਹਿਰੇ ਪੰਨੂਆ ਤੁਸੀਂ ਖਾਸ ਵਿਜਿਟ ਕਰਨੀ ਹੈ ਦੋਸਤੋ, ਪਿੰਡ ਵੀ ਕਹਿ ਲਓ ਚਾਹੇ ਇੱਕ ਛੋਟਾ ਕਸਬਾ ਸ਼ਹਿਰ ਵੀ ਕਹਿ ਲਓ, ਠੀਕ ਆ ਜੀ। ਅਤੇ ਸਾਰੇ ਵੀਰ ਜਾਣਦੇ ਆ, ਹਰੀ ਕੇ ਪੱਤਣ ਤੋਂ ਜਦੋਂ ਆਪਾਂ ਅੰਮ੍ਰਿਤਸਰ ਆਉਂਦੇ ਹਾਂ ਦੋਸਤੋ, ਅਤੇ ਰਸਤੇ ਵਿੱਚ ਸਰਿਆਲੀ ਪਿੰਡ ਜਾਂ ਸਰਿਆਲੀ ਸ਼ਹਿਰ ਟੱਪ ਕੇ ਦੋਸਤੋ ਅਗਲੇ ਬੰਨੇ ਨਸ਼ਹਿਰੇ ਪੰਨੂਆ ਦਾ ਅੱਡਾ ਆਉਂਦਾ, ਠੀਕ ਆ, ਨਸ਼ਹਿਰੇ ਪੰਨੂਆ ਸ਼ਹਿਰ ਆਉਂਦਾ, ਅਤੇ ਆਣ ਕੇ ਤੁਸੀਂ ਕਾਲ ਕਰ ਲਿਓ, ਠੀਕ ਆ ਜੀ, ਅਤੇ ਘਰ ਵਿਜਿਟ ਤੁਸੀਂ ਕਰ ਲਓਗੇ। ਆਓ ਕਰਦੇ ਹਾਂ ਗੱਲਬਾਤ ਵਧੇਰੇ ਸਰਦਾਰ ਸੁਖਵਿੰਦਰ ਸਿੰਘ ਹੁਣਾਂ ਦੇ ਨਾਲ, ਪੁੱਛਦੇ ਹਾਂ ਕੀ ਡਿਟੇਲ ਆ ਅੱਜ ਇਹਨਾਂ ਪਸ਼ੂਆਂ ਦੀ। ਸਭ ਤੋਂ ਪਹਿਲਾਂ ਭਾਅ ਜੀ ਸਤਿ ਸ਼੍ਰੀ ਅਕਾਲ। ਹੋਰ ਭਾਅ ਜੀ ਠੀਕ ਠਾਕ ਜੇ? ਬਹੁਤ ਵਧੀਆ ਭਾਅ ਜੀ, ਠੀਕ ਠਾਕ। ਅੱਛਾ ਭਾਅ ਜੀ, ਇੱਕ ਆਪਾਂ ਘਰੋਂ ਇੱਕ ਝੋਟੀ ਸੇਲ ਕੀਤੀ ਸੀ, ਚੰਗੀ ਸੋਹਣੀ ਸਰਾਖੀ ਝੋਟੀ ਸੀ, ਪਿਛਲੇ ਸਾਲ ਹੀ ਆਪਾਂ ਮੈਨੂੰ ਤਾਂ ਸੇਲ ਕੀਤੀ ਆ, ਕੋਈ 8 ਮਹੀਨੇ ਕੋਈ ਸਾਲ ਕੁ ਦਾ ਸਮਾਂ ਹੋ ਹੀ ਗਿਆ। ਅਤੇ ਅੱਜ ਆਪਣੇ ਕੋਲ ਜਿਹੜੀਆਂ ਦੋਨੋਂ ਝੋਟੀਆਂ ਵੀ ਆਪਣੇ ਕੋਲ ਘਰ ਦੀਆਂ ਝੋਟੀਆਂ ਨੇ, ਇਹ ਪਿਛਲੀ ਵਾਰ ਵੀ ਜਦੋਂ ਆਪਾਂ ਵੀਡੀਓ ਪਾਈ ਸੀ ਉਦੋਂ ਵੀ ਆਪਣੇ ਕੋਲ ਹੀ ਸੀਗੀਆਂ। ਇੱਕ ਝੋਟੀ ਨੇ ਜਿਹੜੀ ਆ ਬਿਲਕੁਲ ਮੱਥੇ ਵਿੱਚ ਜਿਹਦੇ ਫੁੱਲ ਆ, ਇਹ ਦੂਜਾ ਸੂਬਾ ਸੋਹਣੀ ਹੈ ਜੀ, ਅਤੇ ਆਹ ਪਹਿਲਣ ਝੋਟੀ ਹੈ, ਠੀਕ ਹੈ ਜੀ। ਅਤੇ ਭਾਅ ਜੀ ਸਟਾਰਟਿੰਗ ਜਿਹੜੀ ਆਪਾਂ ਇਸੇ ਝੋਟੀ ਤੋਂ ਕਰ ਲੈਂਦੇ ਹਾਂ, ਜਿਹੜੀ ਇਹ ਦੂਜੇ ਸੂਬੇ ਵਾਲੀ ਆ, ਕਿੰਨਾ ਕੁ ਸਮਾਂ ਬਾਕੀ ਦਾ ਸੌਣ ਦੇ ਵਿੱਚ? ਹਫ਼ਤਾ ਕੁ ਲੈਂਦੀ ਆ। ਅਤੇ ਪਹਿਲਣ ਨੇ ਦੁੱਧ ਵੈਸੇ ਹਾਂਜੀ 7 ਤਰੀਕ ਨੂੰ ਦਿਨ ਪੂਰੇ ਆ ਜਾਗੀ ਆ, ਚਾਰ ਹੋ ਗਈ ਹੈ ਜੀ, 3 ਦਿਨ ਬਾਕੀ, ਬਾਕੀ 2-3 ਦਿਨ ਉੱਤੇ ਲੈ ਜਾਂਦਾ ਡੰਗਰ, ਠੀਕ ਹੈ ਜੀ। ਜਿੱਦਾਂ ਕਿ ਹੁਣ ਦੂਜਾ ਸੂਬਾ ਸੋਣੀ ਹੈ, ਤਾਂ ਪਹਿਲਣ ਨੇ ਦੁੱਧ ਵੈਸੇ ਕਿੰਨਾ ਕੁ ਚਵਾਤਾ ਘਰੇ? ਪਹਿਲਣ 11 ਕਿਲੋ ਸੋਇਆ ਜੀ। 11 ਕਿਲੋ, ਠੀਕ ਹੈ ਜੀ। ਲਓ ਦੋਸਤੋ, 11 ਕਿਲੋ ਪਹਿਲੇ ਸੂਬੇ ਦੁੱਧ ਚਵਾਇਆ ਇਸ ਝੋਟੀ ਨੇ। ਸੋ ਸਿੰਗੀ ਸੁੰਗੀ ਬਹੁਤ ਵਧੀਆ, ਮੱਥੇ 'ਚ ਫੁੱਲੀ ਜ਼ਰੂਰ ਹੈਗੀ ਹੈਗੀ ਹੈ, ਠੀਕ ਹੈ ਜੀ, ਮੱਥੇ 'ਚ ਫੁੱਲ ਆ ਥੋੜ੍ਹਾ ਜਿਹਾ ਲੰਬਾਈ ਦੇ ਵਿੱਚ, ਠੀਕ ਆ। ਅਤੇ ਸਿੰਗੀ ਪੂਰੀ ਗੁਲਾਈ ਦੇ ਵਿੱਚ ਆ, ਛੋਟਾ ਸਿੰਗ ਆ, ਅਤੇ ਕੱਦ ਸੋਹਣਾ ਹੈ ਝੋਟੀ ਦਾ, ਠੀਕ ਆ। ਕੱਦ ਵੈਸੇ ਵੇਖ ਕੇ ਤੁਹਾਨੂੰ ਪਤਾ ਲੱਗ ਜਾਣਾ, ਲੰਬਾਈ ਲੰਬੀ ਪੂਰੀ ਆ, ਕੱਦ ਉੱਚਾ। ਅਤੇ ਦਿਨ 3 ਲੈ ਜੇ, 4 ਲੈ ਜੇ, ਦਿਨ ਪੂਰੇ ਹੁੰਦੇ ਆ 7 ਸਤੰਬਰ ਨੂੰ, ਉੱਪਰ 2 ਦਿਨ ਵੀ ਲੈ ਕੇ ਜਾਊਗੀ, 3 ਦਿਨ ਵੀ ਲੈ ਕੇ ਜਾਊਗੀ, ਠੀਕ ਹੈ ਜੀ। ਉਹ ਸਮਾਂ ਜਿੰਨਾ ਕਿ ਨੇ ਲੈ ਕੇ ਜਾਣਾ ਕਰਮਾਰੀ ਨੇ, ਠੀਕ ਹੈ ਜੀ, ਉਹ ਇਹਦੇ ਲਈ ਚੰਗਾ, ਠੀਕ ਹੈ ਜੀ। ਉਹਨਾਂ ਥੱਲੇ ਹੋਰ ਬਣ ਜੂਗੀ, ਆਹ ਦੇਖੋ ਪਸ਼ੂ ਜਿਹੜੇ ਦੋਸਤੋ, ਥੋੜ੍ਹੇ ਘਰ ਦੇ ਘਰੇਲੂ ਪਸ਼ੂ ਆ, ਵਪਾਰ ਲਾਈਨ ਦੇ ਵਿੱਚ ਕਈ ਵਾਰ ਪਸ਼ੂ ਥੋੜ੍ਹਾ ਜਿਹਾ ਚੜ੍ਹਿਆ ਉਤਰਿਆ ਹੁੰਦਾ, ਠੀਕ ਹੈ ਜੀ, ਤਾਂ ਕਰਕੇ ਥੋੜ੍ਹਾ ਜਿਹਾ ਪਸ਼ੂ ਦਾ ਡਾਡ ਉੱਕਰ ਜਿਹਾ ਲੱਥਾ ਹੁੰਦਾ। ਘਰੋਂ ਜਿਹੜੇ ਪਸ਼ੂ ਪਾਈਦੇ ਆ, ਕਿਤੇ ਨਾ ਕਿਤੇ ਥੋੜ੍ਹਾ ਜਿਹਾ ਉਪਰੇ ਬੰਦੇ ਨੂੰ ਵੇਖ ਕੇ, ਕੋਲੇ ਆਉਂਦੇ ਵੇਖ ਕੇ ਥੋੜ੍ਹਾ ਜਿਹਾ ਪਸ਼ੂ ਡਰਦੇ ਆ, ਠੀਕ ਆ। ਅਤੇ ਫਿਲਹਾਲ ਜਿੰਨੇ ਵੀ ਆਪਾਂ ਤੁਹਾਨੂੰ ਦਿਖਾ ਰਹੇ ਹਾਂ, ਆਹ ਤੁਸੀਂ ਵੇਖ ਕੇ ਚੈੱਕ ਕਰੋ, ਲੇਪਟੀ ਲੁਪਟੀ ਬਹੁਤ ਸੋਹਣੀ, ਥਣ ਭਾਂਡਾ ਸੋਹਣਾ ਬਣਾ ਰਹੀ ਹੈ, ਠੀਕ ਹੈ ਜੀ। ਸੋ 5-7 ਦਿਨਾਂ ਦੇ ਵਿੱਚ ਚੰਗੀ ਖਾਸੀ ਥੱਲਿਓਂ ਤਿਆਰੀ ਕਰ ਲਊਗੀ, ਠੀਕ ਆ, ਤੇ ਥਾਂ ਤੁਹਾਨੂੰ ਬਹੁਤ ਵਧੀਆ। ਅੱਛਾ ਭਾਅ ਜੀ ਸੁਖਵਿੰਦਰ ਸਿੰਘ ਜੀ, ਕਿਸੇ ਰਕਮ ਦੀ ਕੋਈ ਭਾਰ ਪਿੱਛੇ ਦੀ ਕੋਈ ਦਿੱਕਤ ਮਸਲਾ ਕੋਈ ਨਹੀਂ? ਕੋਈ ਨਹੀਂ, ਠੀਕ ਹੈ ਜੀ। ਤੇ ਚੋਣ ਚਾਣਾ ਬਿਲਕੁਲ ਪੋਲੀ ਵਰਦੀ ਰਹੀ ਹੈ ਪਹਿਲਾ ਸੂਬਾ ਜੀ?
ਮਿਲਦੀ ਮੁਲਦੀ ਲੰਮਾ ਟਾਈਮ ਹੀ ਰਹੀ ਆ ਲੰਮਾ ਟਾਈਮ ਆ 2.5 ਮਹੀਨੇ ਪਹਿਲਾਂ ਛੱਡੀ ਆ ਹਾਂ ਹੁਣ ਇਹ 2.5 ਮਹੀਨੇ ਪਹਿਲਾਂ ਹੀ ਛੱਡੀ ਆ ਡਰਾਈ ਕੀਤੀ ਆ ਠੀਕ ਆ ਮਾਲੀ ਤੋਂ ਜੰਪ ਹੋਈ ਜਾਂ ਟੀਕਾ ਟੂਕਾ ਭਰਾਤਾ ਸੀ ਸਰਕਾਰੀ ਟੀਕਾ ਸਰਕਾਰੀ ਟੀਕੇ ਤੋਂ ਠੀਕ ਆ ਜੀ ਲਓ ਵੀ ਕਿਸਾਨ ਵੀਰੋ ਸਰਕਾਰੀ ਸੀਮਨ ਜਿਹੜਾ ਭਰਾਇਆ ਸੀਗਾ ਅੱਗੇ ਖੜਦੀ ਵੀ ਜਿਹੜੀ ਸੀਮਨ ਤੋਂ ਹੀ ਆ ਠੀਕ ਆ ਜੀ ਸੋ ਇਹ ਵੀ ਜਿਹੜੀ ਜਾਣਕਾਰੀ ਆਪਾਂ ਤੁਹਾਨੂੰ ਨਾਲ ਹੀ ਦੱਸਦੀ ਆ ਵੀ ਖੜਦੀ ਸੀਮਨ ਤੋਂ ਹੀ ਆ ਠੀਕ ਆ ਸੋ ਸੋਹਣੇ ਹਾਈਟ ਕੱਦ ਦੇ ਵਿੱਚ ਝੋਟੀ ਆ ਥੋੜ੍ਹਾ ਜਿਹਾ ਭਾਅ ਜੀ ਆਪਾਂ ਇਹਨੂੰ ਤੋੜ ਕੇ ਚਾਰ ਕੁ ਕਦਮ ਇੱਧਰ ਦਿਖਾ ਦਈਏ ਠੀਕ ਆ ਜੀ ਸੋ ਥੱਲੇ ਲੇਵੇ ਦੀ ਵੀ ਪੂਰੀ ਜਿਹੜੀ ਦੋਸਤੋ ਸਾਫ਼ ਸੁਥਰੀ ਆ ਚਾਰੇ ਥਣ ਵਿਰਲ ਵੰਡ ਆਪਸੀ ਚੰਗੀ ਆ ਥਣਾਂ ਦੀ ਅਤੇ ਬਾਕੀ ਇੱਥੇ ਆਣ ਕੇ ਕਿਸੇ ਭਰਾ ਨੇ ਵੀ ਜਿਹਨੇ ਵੀ ਸੌਦਾ ਕਰਨਾ ਉਹਨੇ ਇੱਥੇ ਆਣ ਕੇ ਆਪਣੀ ਤਸੱਲੀ ਤੁਸੀਂ ਕਰ ਹੀ ਲੈਣੀ ਆ ਅਤੇ ਕੱਦ ਸੋਹਣਾ ਠੀਕ ਆ ਜੀ ਇਹ ਕੋਈ ਮੇਰਾ ਭਰਾ ਦੂਰੋਂ ਨੇੜੇ ਉਹ ਤੁਰਦਾ ਅਤੇ ਧਿਆਨ ਦੇ ਵਿੱਚ ਤੁਸੀਂ ਰੱਖ ਲਿਓ ਠੀਕ ਆ ਜੀ ਕੱਦ ਚੰਗਾ ਬਾਕੀ ਸੇਵਾ ਸੁਵਾ ਚੰਗੀ ਦੇ ਵਿੱਚ ਰਹੀ ਆ ਆਹ ਦੇਖੋ ਹਾਂ ਇੱਕ ਵਾਰੀ ਭਾਅ ਜੀ ਇਹਨੂੰ ਤੋੜ ਲਈਏ ਲੰਬਾ ਤੋੜ ਕੇ ਦਿਖਾ ਦਿਓ ਹਾਂ ਲਿਓ ਜੀ ਹਾਂ ਮੋੜ ਲਿਓ ਜੀ ਠੀਕ ਹੈ ਜੀ ਅੱਛਾ ਭਾਅ ਜੀ ਸਿੰਦਰ ਸਿੰਘ ਜੀ ਦੀ ਕੀ ਡਿਮਾਂਡ ਹੈ ਕੀ ਮੰਗ ਕਰਦੇ ਆ ਜੀ ਇਹਦੀ 1-15 ਡਿਮਾਂਡ ਹੈ ਜੀ 1-15 ਹਾਂ ਜੀ ਤਕਰੀਬਨ ਇੱਥੇ ਕਿ ਲੈਦੇ ਆ ਜਾਂ ਵਿੱਚੋਂ ਹੋ ਜੂ ਛੋੜ ਛਪਾ ਜੀ ਉਹ ਕਰਾਂਗੇ ਥੋੜਾ ਬਹੁਤ ਹਾਂ ਕਰ ਦਿਓ ਖੁੱਲਾ ਜਿੰਨਾ ਵੀ ਹੋ ਸਕਦਾ ਮਾਨ ਤਾਂ ਠੀਕ ਹੈ ਕੋਈ ਸੱਜਣ ਆਪਣਾ ਭੈਣ ਭਰਾ ਆਉਂਦਾ ਦੂਰੋਂ ਨੇੜੇ ਉਹ ਤਾਂ ਕਰਦੇ ਆ ਜੀ ਦੂਰੋਂ ਉਹਦਾ ਨੇੜੇ ਉਹਦਾ ਕਰਾਂਗੇ ਜੀ ਪੂਰਾ ਹਾਂ ਜ਼ਰੂਰ ਜੀ ਜ਼ਰੂਰ ਤਾਂ ਦੋਸਤੋ ਮਾਨਦਾਨ ਜਿਹੜਾ ਹੋ ਜੂਗਾ ਕਿਸੇ ਭੈਣ ਭਰਾ ਸੱਜਣ ਵੀਰ ਦਾ ਘਰ ਆ ਇਹਦਾ ਠੀਕ ਹੈ ਜੀ 1,15,000 ਇਹਦੀ ਡਿਮਾਂਡ ਵੀਰ ਹੋਣਾ ਨੇ ਕੀਤੀ ਆ 1,15 ਦੀ ਇਹ ਦੇਣੀ ਲੈਣੀ ਆ ਠੀਕ ਹੈ ਜੀ ਵੀ ਲੈਣ ਦੇ ਨਾਲ ਹੀ ਮੋਲਾ ਵਿੱਚੋਂ ਕੋਈ ਵੀ ਮਾਨ ਤਾਂ ਜਿਹੜਾ ਦੋਸਤੋ ਕੋਈ ਵੀ ਹੈਗਾ ਮੌਕੇ 'ਤੇ ਆ ਕੋਈ ਸੌਦਾ ਤੁਸੀਂ ਕਰਦੇ ਜੇ ਠੀਕ ਹੈ ਜੀ ਚਾਹੇ ਕੋਈ ਵੀਰ ਫੋਨ 'ਤੇ ਕਰਕੇ ਆਉਂਦਾ ਅਤੇ ਬਾਕੀ ਆਪਣੀ ਤਹਿ ਤੁਸੀਂ ਬਿਠਾ ਲਿਓ ਜਿੰਨਾ ਵੀ ਹੋ ਸਕਦਾ ਵਿੱਚੋਂ ਮਾਨ ਤਾਂ ਹੋ ਜੂਗਾ ਸੋ ਝੋਟੀ ਬਹੁਤ ਪਿਆਰੀ ਆ ਪਸੰਦ ਆਊਗੀ ਦੂਜਾ ਸੁਬਾਹ ਸੋਹਣੀ ਹੈ ਇੱਕ ਸੈਕਿੰਡ ਨੰਬਰ 'ਤੇ ਜਿਹੜੀ ਤੁਹਾਨੂੰ ਝੋਟੀ ਦਿਖਾਉਣੀ ਆ ਇਹ ਵੀ ਘਰ ਦੀ ਝੋਟੀ ਆ ਦੋਸਤੋ ਭਲੀ ਬਿਲਕੁਲ ਸਾਂਭੀ ਇਹ ਵੀ ਘਰੋਂ ਹੀ ਆ ਅਤੇ ਇਹ 'ਚ ਆਪਾਂ ਵਿਰਵਾ ਲੈ ਲੈਂਦੇ ਹਾਂ ਝੋਟੀ ਨੇ ਵੈਸੇ ਪਹਿਲਾ ਸੁਬਾਹ ਸੂਣਾ ਜਿੱਦਾਂ ਦੱਸਣ ਮੁਤਾਬਕ ਆ ਅੱਛਾ ਵੀਰ ਸੂਣਾ ਇਹਨੇ ਪਹਿਲਾਂ ਨਹੀਂ ਆ ਹਾਂ ਪਹਿਲਾਂ ਸੂਣਾ ਠੀਕ ਆ ਜੀ ਵੈਸੇ ਉਮਰ ਪੱਖੋਂ ਵੇਖੀਏ ਤਾਂ ਕਿੰਨੀ ਕੁ ਤਕਰੀਬਨ ਉਮਰ ਦੋ ਦਾਨ ਦੀ ਹੈ ਜੀ ਦੋ ਤੋੜੇ ਜੀ ਅੰਦਰ ਅੱਛਾ ਜੀ ਦੇਖੋ ਲਓ ਜੀ ਦੋ ਦਾਨ ਦੀ ਲਓ ਜੀ ਅੱਛਾ ਦੋਂਦੀ ਝੋਟੀ ਅੱਜ ਤਾਂ ਦੰਦ ਮਾੜੇ ਮਾੜੇ ਦਿਖਾਈ ਦੇਣ ਲੱਗੇ ਅੱਜ ਤਾਂ ਦੰਦ ਚੱਕੇ ਹੀ ਆ ਕਰਮਾਲੀ ਨੇ ਹਾਂ ਦੇਖ ਹੌਲੀ ਉਮਰ ਤਾਂ ਇਹ ਤਾਂ ਇਦਾਂ ਦੀ ਪੜਲੀ ਚੰਗੀ ਸੇਵਾ ਸੁਵਾ ਕੀਤੀ ਚਲੋ ਵੈਸੇ ਪਸ਼ੂ ਇੰਨੀ ਕੁ ਉਮਰ ਤੱਕ ਸਵਾਉਣਾ ਵੀ ਬੜੀ ਵੱਡੀ ਕਾਰਗੁਜ਼ਾਰੀ ਆ ਠੀਕ ਆ ਲਓ ਦੋਸਤੋ ਤਕਰੀਬਨ ਕੋਈ 2.5 ਸਾਲ ਦੀ ਮੇਰੇ ਅਕੋਰਡਿੰਗ ਬਿਲਕੁਲ 2.5 ਸਾਲ ਦੀ ਝੋਟੀ ਆ ਵੀ ਦੋਂਦੀ ਅਜੇ ਹੋਈ ਨਹੀਂ ਗੀ ਬਿਲਕੁਲ ਦੋਂਦ ਦੇ ਦੰਦ ਸੱਟੇ ਆ ਅਤੇ ਚੱਕਣੇ ਸ਼ੁਰੂ ਕੀਤੀ ਆ ਉਹ ਆਪਾਂ ਤੁਹਾਨੂੰ ਵਿੱਚੇ ਦਿਖਾ ਦਿੱਤਾ ਅਤੇ ਬਾਕੀ ਤੁਸੀਂ ਆਪ ਸਾਰੇ ਵੀਰ ਸਿਆਣੇ ਹੋ ਠੀਕ ਆ ਜੀ ਖਿਡਾਰੀ ਵੀਰ ਆ ਕਾਰੀਗਰ ਵੀਰ ਆ ਚੰਗੇ ਚੰਗੇ ਪਸ਼ੂ ਪਾਲਕ ਵੀਰ ਆ ਪੂਰੀ ਸਮਝਦਾਰੀ ਵਾਲੇ ਆ ਸਾਰੇ ਅਤੇ ਕੱਦ ਕੱਟੀ ਦਾ ਜਿਹੜਾ ਦੋਸਤੋ ਕੱਦ ਉੱਚਾ ਕੱਦ ਵੱਡਾ ਅਤੇ ਥੋੜ੍ਹੀ ਜਿਹੀ ਨਰਮ ਜੀ ਸੇਵਾ ਦੇ ਵਿੱਚੋਂ ਰਹੀ ਆ ਅੱਛਾ ਵੀਰ ਸੁਰਿੰਦਰ ਸਿੰਘ ਜੀ ਥੋੜ੍ਹਾ ਜਿਹਾ ਮਤਲਬ ਖੁਰਾਕ ਨੂੰ ਇਹਨੂੰ ਘੱਟ ਲੱਗੀ ਆ ਜਾਂ ਵੈਸੇ ਥੋੜ੍ਹਾ ਜਿਹਾ ਨੋਰਮਲ ਜੀ ਰਹੇਗੀ ਵਿੱਚ ਇੱਕ ਤਰ੍ਹਾਂ ਦਾ ਰਗੜਾ ਵੱਜ ਗਿਆ ਬੁਖਾਰ ਲੈਣ ਨੂੰ ਫੀਵਰ ਫੂਵਰ ਹੋ ਗਿਆ ਸੀਗਾ ਹੁਣ ਕੋਈ ਗੱਲ ਨਹੀਂ ਠੀਕ ਆ ਠੀਕ ਹੈ ਜੀ
ਬਾਕੀ ਚਲੋ ਇਹਨਾਂ ਨੇ ਪਤਾ ਪਗੇ ਨਾ ਪਸ਼ੂ ਵਾਲੇ ਦੁੱਧ ਦੱਧ ਲਾਓ ਵੇ ਤੇ ਵੈਸੇ ਪਸ਼ੂ ਖੁਰਦਾ ਤੇ ਏਡਾ ਚੰਮ ਚੜਿਆ ਵੀ ਕਿਹੜਾ ਦੁੱਧ ਚਾਮੜੇ ਦੇ ਚਾਮੜੇ ਦੁੱਧ ਤੇ ਦੇਣਾ ਦੁੱਧ ਵਾਲੀ ਝੋਟੀ ਪਤਲੇ ਚਮੜੇ ਦੀ ਹਾਂ ਹਾਂ ਲਓ ਵੀ ਭਰਾਵੋ ਨਾਲ ਦੀ ਨਾਲ ਇੱਕ ਨਵੀਂ ਝੋਟੀ ਆ ਠੀਕ ਆ ਜੀ ਨਾਲ ਦੀ ਨਾਲ ਹੀ ਆਪਾਂ ਤੁਹਾਨੂੰ ਮੂੰਹ ਜਿਹੜਾ ਪੱਟ ਕੇ ਵਿਖਾ ਦਿੱਤੇ ਆ ਦੰਦ ਚੈੱਕ ਕਰਾਤੇ ਆ ਤੇ ਕੱਦ ਉੱਚਾ ਝੋਟੀ ਦਾ ਠੀਕ ਆ ਜੀ ਕੱਦ ਉੱਚਾ ਕੋਈ ਵੀ ਉਹ ਚੰਗੀ ਕੇਅਰ ਕਰ ਲੂਗਾ ਚੰਗੀ ਸਾਂਭ ਸੰਭਾਲ ਕਰ ਲੂਗਾ ਤੇ ਨਾਲ ਦੀ ਨਾਲ ਜਿਹੜੀ ਦੋਸਤੋ ਭਰ ਜੂਗੀ ਭਰਨ ਤੋਂ ਬਾਅਦ ਝੋਟੀ ਦੀ ਦਿੱਖ ਜਿਹੜੀ ਟੋਟਲੀ ਚੇਂਜ ਹੋ ਜਾਣੀ ਆ ਕਿਉਂਕਿ ਕੱਦ ਵੱਡਾ ਤੇ ਭਾਰੀ ਹੋ ਗਈ ਵਜਨ ਵਿੱਚ ਹੋ ਗਈ ਤੇ ਵੈਸੇ ਇਹਨੇ ਦੁੱਗਣੀ ਜਾਪਣਾ ਠੀਕ ਆ ਤੇ ਦਿਨ ਵੀਰੇ ਇਹ ਤੇ ਵੈਸੇ ਤਾਂ ਤਕਰੀਬਨ ਮੈਨੂੰ ਲੱਗਦਾ ਵੀ ਪੂਰੇ ਹੀ ਕਰ ਚੁੱਕੀ ਉੱਪਰ ਲੈ ਕੇ ਜਾਣ ਦੀ ਆ 9 ਤਰੀਕ ਨੂੰ ਪੂਰੇ ਹੋਣੇ ਨੇ 9 ਸਤੰਬਰ ਨੂੰ ਅਜਾ ਦਿਨ ਪੂਰੇ ਨਹੀਂ ਹੋਏ ਅਜੇ ਨਹੀਂ ਅਜੇ ਪੂਰੇ ਬਾਕੀ ਤੁਹਾਡੇ ਕੋਲ ਤਾਂ ਹੈ ਨਾ ਤੁਹਾਡੇ ਕੋਲ ਲੇਖਾ ਜੋਖਾ ਪੂਰਾ ਮੈਨੂੰ ਤਾਂ ਵੀ ਪਿੰਨ ਕਾਪੀ ਦਾ ਲਿਖਿਆ ਹੁੰਦਾ ਲਿਖਿਆ ਹੋਇਆ ਠੀਕ ਹੈ ਜੀ ਲਓ ਵੀ ਭਰਾਵੋ ਪਹਿਲਣ ਝੋਟੀ ਤੇ ਦਿਨ ਹਜੇ 9 ਸਤੰਬਰ ਨੂੰ ਪੂਰੇ ਆ ਪਰ ਥੱਲਿਓਂ ਤੁਸੀਂ ਵੇਖੋ ਕਰਮ ਵਾਲੀ ਨੋਰਮਲ ਦਰਮਿਆਨੀਆਂ ਭਲਾ ਭੁਲਾ ਪਾ ਕੇ ਬਹੁਤ ਸੋਹਣਾ ਥੱਲਿਓਂ ਬਣੀ ਆ ਠੀਕ ਹੈ ਜੀ ਤੇ ਥਾਣ ਤੁਸੀਂ ਵੇਖ ਸਕਦੇ ਜੀ ਠੀਕ ਹੈ ਜੀ ਆਪਣੀ ਤਿਪ ਬਿਲਕੁਲ ਤਿਪ ਕੇ ਜਿਹੜੀ ਤੁਸੀਂ ਤਸੱਲੀ ਕਰਕੇ ਸੌਦਾ ਕਰ ਲਿਓ ਠੀਕ ਹੈ ਜੀ ਤੇ ਕਿਸੇ ਤਰ੍ਹਾਂ ਇਹਦਾ ਵੀ ਬਿਲਕੁਲ ਜੀ ਤਸੱਲੀ ਹੈ ਵੀ ਕੋਈ ਭਾਰ ਪਿੱਛੇ ਦੀ ਕੋਈ ਰਾਇਤੀ ਆ ਹਾਂ ਪੂਰਾ ਠੀਕ ਹੈ ਕੋਈ ਗੱਲ ਨਹੀਂ ਠੀਕ ਹੈ ਜੀ ਲਓ ਵੀਰ ਜੀ ਇਹਨੂੰ ਵੀ ਖੋਲ ਕੇ ਕਰ ਦਈਏ ਪੇਸ਼ ਲਓ ਦੋਸਤੋ ਪਹਿਲਾਂ ਕੱਟੀ ਆ ਸੋ ਬੜੀ ਪਿਆਰੀ ਕੱਟੀ ਆ ਲਵੀ ਆ ਤੇ ਪਹਿਲਾਂ ਸੂਆ ਗਰਮ ਵਾਲੀ ਨੇ ਸੋਹਣਾ ਠੀਕ ਹੈ ਜੀ ਸੋ ਪਸੰਦ ਆਊਗੀ ਤੁਹਾਨੂੰ ਇੱਕ ਵਾਰੀ ਤੋੜ ਕੇ ਆਪਾਂ ਤੁਹਾਨੂੰ ਦਿਖਾ ਦਿੰਦੇ ਹਾਂ ਸੋ ਥਾਣ ਥੂਣ ਬਹੁਤ ਸੋਹਣੇ ਆ ਵੰਡ ਇੱਕੋ ਜੀ ਆ ਥਣਾਂ ਦੀ ਤੇ ਲੇਪਟੀ ਤੁਸੀਂ ਦੇਖ ਸਕਦੇ ਜੇ ਵੀ ਬਹੁਤ ਸੋਹਣੀ ਲੇਪਟੀ ਤਿਆਰ ਕੀਤੀ ਆ ਅਟਰ ਕੁਆਲਿਟੀ ਬਹੁਤ ਸੋਹਣੀ ਆ ਠੀਕ ਆ ਜੀ ਸੋ ਘਰੇ ਕਿਸੇ ਵੀਰ ਨੇ ਘਰੇਲੂ ਘਰੋਂ ਪਸ਼ੂ ਖਰੀਦਣਾ ਹੁੰਦਾ ਤੇ ਘਰੇ ਸਾਂਭਣਾ ਹੁੰਦਾ ਰੱਖਣਾ ਹੁੰਦਾ ਉਸ ਵੀਰ ਨੂੰ ਪਹਿਲ ਹੈਗੀ ਆ ਠੀਕ ਆ ਜੀ ਜ਼ਰੂਰ ਤੁਸੀਂ ਸੌਦਾ ਕਰ ਲਿਓ ਆ ਲਓ ਜੀ ਠੀਕ ਆ ਜੀ ਕੋਈ ਬਾਹਲੀ ਉਹ ਵੀ ਆਪਾਂ ਗੱਲ ਕਰੀਏ ਲੁਛੂ ਲੁਛੂ ਜੀ ਆ ਡਰਾਕਲ ਜੀ ਨਹੀਂ ਹੈਗੀ ਝੋਟੀ ਸੋ ਜਿੰਨੇ ਵੀ ਆ ਵੇਖੋ ਤੁਸੀਂ ਠੀਕ ਆ ਜੀ ਸੋ ਨੋਰਮਲ ਤੋਰਾ ਠੀਕ ਆ ਇੱਥੇ ਲਓ ਵੀਰ ਜੀ ਇੱਕ ਵਾਰੀ ਬੰਨ ਲਓ ਬੰਨ ਲਓ ਬੇਸ਼ੱਕ ਇੱਧਰ ਖੁਰਲੀ 'ਤੇ ਬੰਨ ਲਿਆ ਜੇ ਇੱਧਰ ਹੀ ਲੈ ਜਾਓ ਜੀ ਕੋਈ ਨਹੀਂ ਅੰਦਾਜ਼ਾ ਵੀ ਲਾ ਸਕਦੇ ਆ ਵੀ ਪਹਿਲਾਂ ਝੋਟੀ ਜਦੋਂ ਸੂ ਵੀ ਪਈ ਤਾਂ ਬੱਚੇ ਬੁੱਚੇ ਵਾਲੀ ਤਾਂ ਕੋਈ ਔਲ ਛੋਲ ਵਾਲੀ ਤਾਂ ਗੱਲ ਨਹੀਂ ਵੈਸੇ ਕਦੀ ਕਦੀ ਫਿਰ ਪਹਿਲਾਂ ਹੀ ਆਦਤ ਬਣਾਈ ਸੀ ਵੀ ਕਦੀ ਕਦੀ ਵਹਿੰਦੇ ਰਹੇ ਬਸ ਹੱਥ ਉੱਤੇ ਲਾ ਲਓ ਮੇਰੀ ਆਦਤ ਹੱਥ ਉੱਤੇ ਫੇਰਦਾ ਰਹੀਦਾ ਇਹ ਬੜਾ ਵੱਡਾ ਫਰਕ ਹੁੰਦਾ ਜਿਹਨੇ ਪਸ਼ੂ ਦੇ ਲਾਗੇ ਨਹੀਂ ਜਾਣਾ ਹੱਥ ਉੱਤੇ ਨਹੀਂ ਫੇਰਨਾ ਫਿਰ ਉਹ ਛੋਲ ਵੀ ਉਹ ਪਸ਼ੂ ਕਰਦੇ ਮੂੰਹ ਮੇਰੇ ਫੜਾਉਂਦੇ ਜਿੰਨਾ ਮਰਜ਼ੀ ਫੜ ਲਓ ਆ ਮੂੰਹ ਮਾਂ ਵੀ ਫੜਾਉਂਦੀ ਆ ਜੋ ਮਰਜ਼ੀ ਦੇਵਾਂ ਨੂੰ ਲਓ ਵੀ ਦੋਸਤੋ ਸੋ ਦੋਸਤੋ ਇਹ ਜਿਹੜੀ ਜ਼ਰੂਰ ਧਿਆਨ ਵਿੱਚ ਰੱਖਣ ਵਾਲੀ ਗੱਲ ਆ ਵੀ ਜਿਹੜਾ ਪਸ਼ੂ ਪਾਲਕ ਆ ਕੋਈ ਵੀ ਵੀਰ ਆ ਠੀਕ ਆ ਜੀ ਇਹ ਮੂੰਹ ਫੜਨਾ ਅਤੇ ਥਣਾ ਥੁਣਾ ਨੂੰ ਲੇਵੇ ਨੂੰ ਹੱਥ ਲਾਉਂਦੇ ਰਹਿਣਾ ਇਹ ਜ਼ਰੂਰੀ ਗੱਲਾਂ ਨੇ ਠੀਕ ਆ ਜੀ ਬਾਅਦ ਵਿੱਚ ਕਿਸੇ ਤਰ੍ਹਾਂ ਦੀ ਕੋਈ ਦਿੱਕਤ ਨਹੀਂ ਆਉਂਦੀ ਚਾਹੇ ਮੂੰਹ ਰਾਹੀਂ ਕੁਛ ਦੇਣਾ ਤਾਂ ਚਾਹੇ ਥੱਲੇ ਪਹਿਲੇ ਸੂਵੇ ਕੋਈ ਝੋਟੀ ਸਵਾਉਣੀ ਆ ਅਤੇ ਕੋਈ ਔਕੜ ਜਿਹੜੀ ਤੰਗੀ ਪਰੇਸ਼ਾਨੀ ਨਹੀਂ ਆਉਂਦੀ ਗੀ ਇਹ ਗੱਲਾਂ ਜਿਹੜੀਆਂ ਮੁੱਢਲੀਆਂ ਗੱਲਾਂ ਹੁੰਦੀਆਂ ਨੇ ਠੀਕ ਆ ਜੀ ਕਿਸੇ ਪਸ਼ੂ ਦੇ ਲਈ ਵੀ ਇਹ ਜ਼ਰੂਰ ਕਰਦੇ ਰਹਿਣਾ ਚਾਹੀਦਾ ਅਤੇ ਭਾਅ ਜੀ ਆਪਾਂ ਦੇ ਦਾਂਗੇ ਕਿੰਨੇ ਕੁ ਦੀ ਆਪਣੀ ਜੈਸ ਨੂੰ ਫਿਰ ਕਿੱਥੇ ਕੁ ਤੱਕ ਆਪਾਂ ਮੰਗਦੇ ਹਾਂ 85 ਦੀ ਵੀ ਸਿਫਤਾਂ ਦਾ ਜਿਹੜੀਆਂ ਖਾਸੀਅਤ ਆ ਇਹਦੇ ਵਿੱਚ ਉਹਦਾ ਹੀ ਮੁੱਲ ਮੰਗਣ ਡਿਆ ਜੀ ਫਿਰ ਹੈਂ85 ਆ ਵੈਸੇ ਡਿਮਾਂਡ ਮੰਗ 85 ਆ
ਆਏ ਗਏ ਤਾਂ ਮਾਨਤਾ ਨੂੰ ਖੁੱਲ੍ਹਾ ਡੋਲਾ ਹੋ ਜਾਊਗਾ, ਕੋਈ ਵੀ ਸੱਜਣ ਆਉਂਦਾ ਠੀਕ ਆ ਜੀ, ਮਾਨਤਾ ਨੂੰ ਤਾਂ ਹੋਊਗਾ ਅਤੇ ਬਾਕੀ ਝੋਟੀ ਪਸੰਦ ਆਊਗੀ ਤੁਹਾਨੂੰ, ਅਤੇ ਕੋਈ ਵੀਰ ਛੱਡ ਕੇ ਨਹੀਂ ਜਾਂਦਾ ਗਾ। ਸੋ ਸੀਲੀਆਂ ਸੂਲੀਆਂ ਬਹੁਤ ਆ ਝੋਟੀ ਦੇ ਵਿੱਚ, ਚਾਹੇ ਕੋਈ ਵੀਰ ਮੂੰਹ ਫੜ ਲਏ ਅਤੇ ਚਾਹੇ ਤੁਸੀਂ ਥਾਣਾ ਵਾਲੇ ਪਾਸਿਓਂ ਆ ਜਾਓ, ਠੀਕ ਆ ਜੀ, ਜਿਹੜੇ ਬਣਿਓ ਮਰਜ਼ੀ ਬੈਠ ਬੈਠ ਕੇ ਆਪਣੀ ਤਸੱਲੀ ਕਰੀ ਚੱਲਿਓ। ਇਹ ਨਾਗਨੀ ਅੱਜ ਦੋਨੋਂ ਵਕਾਊ ਆ, ਠੀਕ ਆ ਜੀ। ਇੱਕ ਭਾਅ ਜੀ ਸੁਰਿੰਦਰ ਸਿੰਘ ਜੀ ਆਪਣੇ ਨੰਬਰ ਕਰ ਦਈਏ ਸਾਂਝੇ, 9915761। ਠੀਕ ਹੈ ਜੀ। ਲਓ ਦੋਸਤੋ, ਇਹ ਨੰਬਰ ਬਿਲਕੁਲ ਸਕਰੀਨ ਦੇ ਥੱਲੇ ਚੱਲਣ ਡਏ ਨੇ, ਨੰਬਰਾਂ 'ਤੇ ਤੁਸੀਂ ਕਾਲ ਕਰਕੇ ਵਧੇਰੇ ਗੱਲਬਾਤ ਕਰ ਲਿਓ। ਮਿਲਦੇ ਹਾਂ ਇੱਕ ਨਵੀਂ ਅਪਡੇਟ ਦੇ ਨਾਲ, ਸਾਰੇ ਵੀਰਾਂ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ।